ਹਾਂਜੀ ਬਾਜੀ ਆਪਾਂ ਕਰ ਰਹੇ ਆ ਮੈਥਡਸ ਆਫ ਕੈਲਕੂਲੇਟਿੰਗ ਨੈਸ਼ਨਲ ਇਨਕਮ। ਪਹਿਲਾਂ ਆਪਾਂ ਨੇ ਨਾ ਮੈਥਡ ਕੀਤਾ ਸੀ ਉਹ ਵੈਲਿਊ ਐਡਡ ਮੈਥਡ ਕੀਤਾ ਸੀ, ਜੋ ਅੱਜ ਆਪਾਂ ਮੈਥਡ ਕਰਨ ਜਾ ਰਹੇ ਹੈਗਾ ਉਸ ਦਾ ਨੇਮ ਹੈਗਾ ਸੀ ਇਨਕਮ ਮੈਥਡ। ਇਨਕਮ ਮੈਥਡ ਦੇ ਨਾਲ ਆਪਾਂ ਕੀ ਹੈ ਜੋ ਨੈਸ਼ਨਲ ਇਨਕਮ ਆ ਕਿਵੇਂ ਕੈਲਕੂਲੇਟ ਕੀਤੀ ਜਾਂਦੀ ਆ ਉਹ ਅੱਜ ਆਪਾਂ ਸਮਝਾਂਗੇ ਇਸ ਵੀਡੀਓ ਦੇ ਵਿੱਚ। ਜੋ ਆਪਣਾ ਇਨਕਮ ਮੈਥਡ ਆ ਜਿਹਨੂੰ ਆਪਾਂ ਫੈਕਟਰ ਪੇਮੈਂਟ ਮੈਥਡ ਵੀ ਕਹਿੰਦੇ ਹਾਂ, ਵੀ ਜਿਹਦੇ ਵਿੱਚ ਆਪਾਂ ਇਹ ਪਤਾ ਕਰਦੇ ਹਾਂ ਵੀ ਆਪਣੀ ਜੋ ਕੰਟਰੀ ਆ ਉਹਦੀ ਕਿੰਨੀ ਫੈਕਟਰ ਇਨਕਮ, ਕਿਉਂਕਿ ਜੋ ਆਪਣੀ ਨੈਸ਼ਨਲ ਇਨਕਮ ਹੁੰਦੀ ਆ ਉਹਦੇ ਵਿੱਚ ਆਪਾਂ ਸਿਰਫ ਜੋ ਫੈਕਟਰ ਇਨਕਮ ਆ ਉਹ ਇਨਕਲੂਡ ਕਰਦੇ ਹਾਂ, ਨਾ ਕਿ ਟ੍ਰਾਂਸਫਰ ਇਨਕਮ, ਕਿਉਂਕਿ ਜੋ ਟ੍ਰਾਂਸਫਰ ਇਨਕਮ ਹੁੰਦੀ ਆ ਉਹ ਐਜ ਏ ਆਪਣੀ ਜੋ ਹੈਲਪ ਪ੍ਰੋਵਾਈਡ ਕੀਤੀ ਜਾਂਦੀ ਹੈ ਕਿਸੇ ਪਰਸਨ ਨੂੰ ਆਪਾਂ ਕਹਿੰਦੇ ਹਾਂ, ਜਿਵੇਂ ਕੋਈ ਆਪਣੂੰ ਗਿਫਟ ਕਿਸੇ ਨੇ ਪ੍ਰੋਵਾਈਡ ਕੀਤਾ, ਜਿਵੇਂ ਆ ਕਿਸੇ ਨੂੰ ਜਿਹੜੇ ਆਪਾਂ ਸਕੋਲਰਸ਼ਿਪ ਮਿਲਦੀ ਹੈ ਸਕੂਲਾਂ ਦੇ ਵਿੱਚ, ਅਤੇ ਇਸ ਤੋਂ ਇਲਾਵਾ ਜੋ ਓਲਡ ਏਜ ਪੈਨਸ਼ਨ ਆ ਉਹ ਕੀ ਆਪਣੀ ਟ੍ਰਾਂਸਫਰ ਇਨਕਮ ਆ, ਜਿਹਦੇ ਬਦਲੇ ਆਪਣੇ ਕੋਈ ਟ੍ਰਾਂਸਫਰ ਕੋਈ ਵੀ ਆਪਣੇ ਸਰਵਿਸ ਪ੍ਰੋਵਾਈਡ ਨਹੀਂ ਕੀਤੀਆਂ ਹੈਗੀਆਂ। ਬਟ ਜੋ ਆਪਾਂ ਜੋ ਨੈਸ਼ਨਲ ਇਨਕਮ ਆ ਜੋ ਆਪਾਂ ਕੈਲਕੂਲੇਟ ਕਰਦੇ ਹਾਂ ਉਹਦੇ ਵਿੱਚ ਆਪਾਂ ਸਿਰਫ ਕਿਹੜੀ ਇਨਕਮ ਇਨਕਲੂਡ ਕਰਦੇ ਹਾਂ ਹੁੰਦੀ ਜੀ ਫੈਕਟਰ ਇਨਕਮ, ਜਿਹਦੇ ਬਦਲੇ ਆਪਾਂ ਨੇ ਸਰਵਿਸ ਪ੍ਰੋਵਾਈਡ ਕੀਤੀਆਂ ਨੇ ਉਹਦੇ ਬਦਲੇ ਜਿਹੜਾ ਆਪਾਂ ਨੂੰ ਕੀ ਆ ਪੈਸਾ ਮਿਲਦਾ, ਜੋ ਵੀ ਆਪਾਂ ਨੇ ਮਨੀ ਕੀ ਕੀਤੀ ਆ ਅਚੀਵ ਕੀਤੀ ਆ, ਤੁਹਾਨੂੰ ਆਪਾਂ ਫੈਕਟਰ ਇਨਕਮ ਕਹਿੰਦੇ ਹਾਂ। ਔਰ ਜੇ ਆਪਣਾ ਇਨਕਮ ਹੈ ਜਿਹੜੇ ਅੱਜ ਆਪਾਂ ਕੰਪੋਨੈਂਟ ਕਰਾਂਗੇ ਵੀ ਉਹ ਕੰਪੋਨੈਂਟਾਂ ਦੇ ਥਰੂ ਵੀ ਆਪਾਂ ਕਿਵੇਂ ਜਿਹੜੀ ਨੈਸ਼ਨਲ ਇਨਕਮ ਉਹ ਕੈਲਕੂਲੇਟ ਕਰਾਂਗੇ, ਜੋ ਕੰਪੋਨੈਂਟ ਨੇ ਕੀ ਉਹ ਆਪਣੀ ਸਮਝਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਵੀ ਉਹਨਾਂ ਨੂੰ ਆਪਾਂ ਨੇ ਕਿਸ ਤਰੀਕੇ ਨਾਲ ਜੋ ਨਮੈਰੀਕਲ ਆਪਾਂ ਸੋਲਵ ਕਰਦੇ ਉਹਨੂੰ ਆਪਣੇ ਕਿਸ ਤਰੀਕੇ ਨਾਲ ਕੀ ਕਰਨਾ ਅਪਲਾਈ ਕਰਨਾ। ਤਾਂ ਜਿਹੜਾ ਆਪਣਾ ਸਭ ਤੋਂ ਪਹਿਲਾਂ ਕੰਪੋਨੈਂਟ ਆ ਉਹ ਹੈਗਾ ਜੀ ਕੰਪਨਸੇਸ਼ਨ ਆਫ ਇੰਪਲਾਈ। ਪਹਿਲਾ ਆਪਣੇ ਦਾ ਕੰਪੋਨੈਂਟ ਆ ਜੋ ਕੰਪਨਸੇਸ਼ਨ ਆਫ ਇੰਪਲਾਈ ਆ, ਇਹਦੇ ਵਿੱਚ ਅੱਗੇ ਆਪਣੇ ਚਾਰ ਪਾਰਟ ਆ ਜਾਂਦੇ ਨੇ ਜੋ ਆਪਾਂ ਜੋ ਨੈਸ਼ਨਲ ਇਨਕਮ ਕੈਲਕੂਲੇਟ ਕਰਦੇ ਹਾਂ ਆਪਾਂ ਇੰਕਲੂਡ ਕਰਦੇ ਹਾਂ। ਤਾਂ ਜਿਹੜਾ ਆਪਣਾ ਪਹਿਲਾ ਪਾਰਟ ਆ ਉਹ ਹੈਗਾ ਜੀ ਪੇਮੈਂਟ ਇਨ ਕਾਇੰਡ, ਕੋਈ ਵੀ ਆਪਾਂ ਨੇ ਜੋ ਆਪਣੇ ਇੰਪਲਾਈ ਨੇ ਪੇਮੈਂਟ ਇਨ ਕੈਸ਼ ਇੱਕ ਹੁੰਦਾ ਆਪਣਾ ਪੇਮੈਂਟ ਇਨ ਕਾਇੰਡ ਉਹ ਵੀ ਆਪਾਂ ਕਰਾਂਗੇ। ਤਾਂ ਪਹਿਲਾਂ ਜੋ ਕਰ ਰਹੇ ਹਾਂ ਪੇਮੈਂਟ ਇਨ ਕੈਸ਼ ਵੀ ਜੋ ਵੀ ਆਪਾਂ ਨੇ ਕੈਸ਼ ਦੇ ਵਿੱਚ ਇੰਪਲਾਈ ਨੂੰ ਵੇਜਿਸ ਜਾਂ ਜੋ ਆਪਣੇ ਸੈਲਰੀ ਪ੍ਰੋਵਾਈਡ ਕੀਤੀ ਆ, ਕਿਉਂਕਿ ਉਸ ਦੇ ਬਦਲੇ ਇੰਪਲਾਈ ਨੇ ਆਪਾਂ ਨੂੰ ਸਰਵਿਸ ਪ੍ਰੋਵਾਈਡ ਕੀਤੀਆਂ ਨੇ, ਤਾਂ ਉਹਦੇ ਬਦਲੇ ਆਪਾਂ ਉਹਨੂੰ ਕੀ ਕਰ ਰਹੇ ਹਾਂ ਪੇਮੈਂਟ ਕਰ ਰਹੇ ਹਾਂ, ਜੋ ਇੰਪਲਾਈ ਦੀ ਕੀ ਬਣੂਗੀ ਫੈਕਟਰ ਇਨਕਮ ਬਣੂਗੀ। ਤਾਂ ਉਸ ਤੋਂ ਬਾਅਦ ਜੋ ਆਪਣਾ ਦੂਸਰਾ ਵਾ ਉਹ ਹੈਗਾ ਜੀ ਪੇਮੈਂਟ ਇਨ ਕਾਇੰਡ, ਜੋ ਆਪਣਾ ਸੀ ਪਾਰਟ ਆ ਉਹ ਹੈਗਾ ਜੀ ਇੰਪਲਾਇਰ ਕੰਟਰੀਬਿਊਸ਼ਨ ਇਨ ਸੋਸ਼ਲ ਸਕਿਓਰਿਟੀ ਸਕੀਮਸ, ਜੋ ਵੀ ਇੰਪਲਾਇਰ ਦੁਆਰਾ ਇੰਪਲਾਈ ਦਾ ਜੋ ਵੀ ਮਤਲਬ ਕੋਈ ਫੰਡ ਹੁੰਦਾ ਉਹਦੇ ਵਿੱਚ ਉਹਦੇ ਦੁਆਰਾ ਕੰਟਰੀਬਿਊਟ ਕੀਤਾ ਜਾ ਰਿਹਾ ਉਹ ਵੀ ਆਪਾਂ ਇਹਦੇ ਵਿੱਚ ਕੀ ਕਰਦੇ ਹਾਂ ਇਨਕਲੂਡ ਕਰਦੇ ਹਾਂ। ਸੋ ਜਿਹੜਾ ਆਪਣਾ ਫੋਰਥ ਪਾਰਟ ਆ ਉਹ ਹੈਗਾ ਜੀ ਆਪਣਾ ਪੈਨਸ਼ਨ ਔਨ ਰਿਟਾਇਰਮੈਂਟ, ਤੇ ਜੋ ਆਪਣੇ ਚਾਰ ਪਾਰਟ ਨੇ ਇਹ ਆਪਣੇ ਜਿਹੜੇ ਅੰਡਰ ਆਉਂਦੇ ਨੇ ਕੰਪਨਸੇਸ਼ਨ ਆਫ ਇੰਪਲਾਈ। ਹੁਣ ਜਦੋਂ ਆਪਾਂ ਪਹਿਲਾਂ ਇਹੀ ਪਾਰਟ ਪਹਿਲਾਂ ਆਪਾਂ ਕੀ ਕਰਦੇ ਹਾਂ ਸੋਲਵ ਕਰਦੇ ਹਾਂ ਵੀ ਜਦੋਂ ਆਪਾਂ ਨੇ ਨਮੈਰੀਕਲ ਕਰਦੇ ਹਾਂ ਵੀ ਇਹਨਾਂ ਦਾ ਆਪਾਂ ਨੇ ਕਿਸ ਤਰੀਕੇ ਨਾਲ ਟ੍ਰੀਟਮੈਂਟ ਕਰਨਾ। ਤਾਂ ਹੁਣ ਪਹਿਲਾਂ ਦੇਖੋ ਹੁਣ ਕੰਪਨਸੇਸ਼ਨ ਆਫ ਇੰਪਲਾਈ ਆ ਇਹਦੇ ਅੱਗੇ ਚਾਰ ਪਾਰਟ ਆਉਂਦੇ ਨੇ ਪੇਮੈਂਟ ਇਨ ਕੈਸ਼ ਪੇਮੈਂਟ ਇਨ ਕਾਇੰਡ ਇੰਪਲਾਇਰ ਨੇ ਕੋਈ ਵੀ ਕੰਟਰੀਬਿਊਸ਼ਨ ਕੀਤਾ ਇਹਨੇ ਸੋਸ਼ਲ ਸਕਿਓਰਿਟੀ ਸਕੀਮ ਦੇ ਵਿੱਚ ਅਤੇ ਪੈਨਸ਼ਨ ਔਨ ਰਿਟਾਇਰਮੈਂਟ। ਹੁਣ ਮੰਨ ਲਓ ਵੀ ਨਮੈਰੀਕਲਾਂ ਦੇ ਵਿੱਚ ਆਪਾਂ ਨੂੰ ਕੀ ਆ ਕਈ ਵਾਰ ਕੰਪਨਸੇਸ਼ਨ ਆਫ ਇੰਪਲਾਈ ਵੀ ਗਿਵਨ ਹੁੰਦਾ ਅਤੇ ਉਸ ਤੋਂ ਬਾਅਦ ਆਪਾਂ ਨੂੰ ਕੁਝ ਜਿਹੜੇ ਆਹ ਪਾਰਟ ਆਪਾਂ ਨੇ ਕਦੇ ਇਹ ਵੀ ਗਿਵਨ ਹੁੰਦੇ ਨੇ ਵੀ ਉੱਥੇ ਆਪਾਂ ਨੇ ਕਿਹੜਾ ਪਾਰਟ ਇਨਕਲੂਡ ਕਰਨਾ ਕਿਹੜਾ ਪਾਰਟ ਆਪਾਂ ਨੇ ਇਨਕਲੂਡ ਨਹੀਂ ਕਰਨਾ। ਤਾਂ ਸਭ ਤੋਂ ਪਹਿਲਾਂ ਜੇ ਮੰਨ ਲਓ ਕਿ ਆਪਾਂ ਨੂੰ ਨਮੈਰੀਕਲ ਦੇ ਵਿੱਚ ਕੰਪਨਸੇਸ਼ਨ ਆਫ ਇੰਪਲਾਈ ਦਿੱਤਾ ਹੋਇਆ ਉਹ ਗਿਵਨ ਆ ਨਮੈਰੀਕਲ ਦੇ ਵਿੱਚ, ਤਾਂ ਆਪਾਂ ਨੂੰ ਜੋ ਆ ਚਾਰ ਪਾਰਟ ਨੇ ਉਹ ਆਪਾਂ ਨੂੰ ਦੇਖਣ ਦੀ ਲੋੜ ਨਹੀਂ ਹੈਗੀ, ਕਿਉਂਕਿ ਜੋ ਕੰਪਨਸੇਸ਼ਨ ਆਫ ਇੰਪਲਾਈ ਆ ਉਹਦੇ ਅੰਦਰ ਹੀ ਇਹ ਆਪਣੇ ਜਿਹੜੇ ਚਾਰ ਪਾਰਟ ਨੇ ਉਹ ਕਿਹਨੇ ਇਨਕਲੂਡ ਨੇ। ਜੇ ਨਮੈਰੀਕਲ ਦੇ ਵਿੱਚ ਕੰਪਨਸੇਸ਼ਨ ਆਫ ਇੰਪਲਾਈ ਗਿਵਨ ਆ ਆਪਾਂ ਨੂੰ ਪੇਮੈਂਟ ਇਨ ਕੈਸ਼ ਪੇਮੈਂਟ ਇਨ ਕਾਇੰਡ ਵੀ ਗਿਵਨ ਆ, ਤਾਂ ਸਿਰਫ ਆਪਾਂ ਕੰਪਨਸੇਸ਼ਨ ਆਫ ਇੰਪਲਾਈ ਹੀ ਇਨਕਲੂਡ ਕਰਾਂਗੇ ਜਦੋਂ ਆਪਾਂ ਨੇ ਇਨਕਮ ਮੈਥਡ ਨੂੰ ਕੀ ਕਰਨਾ ਵਾ ਅਪਲਾਈ ਕਰਨਾ। ਹੁਣ ਜੇ ਮੰਨ ਲਓ ਆਪਾਂ ਨੂੰ ਨਮੈਰੀਕਲ ਦੇ ਵਿੱਚ ਕੰਪਨਸੇਸ਼ਨ ਆਫ ਇੰਪਲਾਈ ਨਹੀਂ ਦਿੱਤਾ ਹੋਇਆ, ਤਾਂ ਆਪਾਂ ਪੇਮੈਂਟ ਇਨ ਕੈਸ਼ ਪੇਮੈਂਟ ਇਨ ਕਾਇੰਡ ਕੋਈ ਵੀ ਇੰਪਲਾਇਰ ਨੇ ਕੰਟਰੀਬਿਊਸ਼ਨ ਕੀਤਾ ਸੋਸ਼ਲ ਸਕਿਓਰਿਟੀ ਸਕੀਮ ਦੇ ਵਿੱਚ ਐਂਡ ਪੈਨਸ਼ਨ ਔਨ ਰਿਟਾਇਰਮੈਂਟ, ਇਹ ਆਪਣੇ ਚਾਰੋਂ ਪਾਰਟ ਇਨਕਲੂਡ ਹੋਣਗੇ ਜਦੋਂ ਆਪਾਂ ਨੇ ਇਸ ਮੈਥਡ ਦੇ ਥਰੂ ਜਿਹੜੀ ਆਪਾਂ ਨੈਸ਼ਨਲ ਇਨਕਮ ਆ ਜਾਂ ਡੋਮੈਸਟਿਕ ਇਨਕਮ ਆਪਾਂ ਨੇ ਕੀ ਕਰਨੀ ਆ ਕੈਲਕੂਲੇਟ ਕਰਨੀ ਆ। ਉਸ ਤੋਂ ਬਾਅਦ ਜੋ ਆਪਣਾ ਦੂਸਰਾ ਪਾਰਟ ਹੈ ਜੀ ਉਹ ਹੈਗਾ ਜੀ ਓਪਰੇਟਿੰਗ ਸਰਪਲਸ,
ਆਪਰੇਟਿੰਗ ਸਰਪਲਸ ਦੇ ਵਿੱਚ ਆਪਣੇ ਤਿੰਨ ਚਾਰ ਜਿਹੜੇ ਕੰਪੋਨੈਂਟ ਨੇ ਉਹ ਇਨਕਲੂਡ ਹੁੰਦੇ ਨੇ ਉਹ ਕਿਹੜੇ ਕਿਹੜੇ ਨੇ ਇੱਕ ਹੋ ਗਿਆ ਰੈਂਟ ਇੱਕ ਹੁੰਦਾ ਜੀ ਆਪਣਾ ਇੰਟਰਸਟ ਇੱਕ ਹੋ ਗਿਆ ਜੀ ਪ੍ਰੋਫਿਟ ਇੱਕ ਹੁੰਦਾ ਆਪਣਾ ਰੋਇਲਟੀ ਇਹ ਆਪਣੇ ਜਿਹੜੇ ਚਾਰ ਪਾਰਟ ਨੇ ਇਹਨਾਂ ਨੂੰ ਮਿਲਾ ਕੇ ਕੀ ਬਣਦਾ ਜੀ ਆਪਰੇਟਿੰਗ ਸਰਪਲਸ ਬਣਦਾ ਇਸ ਤਰ੍ਹਾਂ ਹੀ ਇਹਦੇ ਵਿੱਚ ਵੀ ਇਹੀ ਟ੍ਰੀਟਮੈਂਟ ਆ ਵੀ ਜੇ ਮੰਨ ਲਓ ਆਪਾਂ ਨੂੰ ਆਪਰੇਟਿੰਗ ਸਰਪਲਸ ਨਿਊਮੈਰੀਕਲ ਦੇ ਵਿੱਚ ਗਿਵਨ ਆ ਤਾਂ ਮਤਲਬ ਉਹਦੇ ਵਿੱਚ ਰੈਂਟ ਇੰਟਰਸਟ ਪ੍ਰੋਫਿਟ ਐਂਡ ਰੋਇਲਟੀ ਕੀ ਆਪਣੀ ਇਨਕਲੂਡ ਹੋਈ ਹੋਈ ਹੈ ਹੁਣ ਮੰਨ ਲਓ ਜੇ ਆਪਰੇਟਿੰਗ ਸਰਪਲਸ ਆਪਾਂ ਨੂੰ ਨਿਊਮੈਰੀਕਲ ਦੇ ਵਿੱਚ ਗਿਵਨ ਨਹੀਂ ਹੈਗਾ ਤਾਂ ਆਪਾਂ ਰੈਂਟ ਇੰਟਰਸਟ ਪ੍ਰੋਫਿਟ ਐਂਡ ਰੋਇਲਟੀ ਕੀ ਕਰਾਂਗੇ ਚਾਰਾਂ ਨੂੰ ਆਪਾਂ ਕੀ ਕਰਾਂਗੇ ਜੀ ਐਡ ਕਰਾਂਗੇ ਤੇ ਉਸ ਤੋਂ ਬਾਅਦ ਇਹ ਜਿਹੜਾ ਆਪਣਾ ਪ੍ਰੋਫਿਟ ਆ ਇਹਦੇ ਵੀ ਅੱਗੇ ਆਪਣੇ ਕੀ ਆ ਥ੍ਰੀ ਪਾਰਟਸ ਹੁੰਦੇ ਨੇ ਉਹ ਕਿਹੜੇ ਕਿਹੜੇ ਹੁੰਦੇ ਨੇ ਜੀ ਇੱਕ ਹੁੰਦਾ ਆਪਣਾ ਡਿਵੀਡੈਂਡ ਜਾਂ ਜੋ ਡਿਵੀਡੈਂਡ ਆ ਉਹ ਵੀ ਆਪਾਂ ਕੀ ਆ ਪ੍ਰੋਫਿਟ ਦੇ ਵਿੱਚੋਂ ਕੀ ਆ ਪ੍ਰੋਵਾਈਡ ਕੀਤਾ ਜਾਂਦਾ ਵਾ ਤਾਂ ਜਿਹੜਾ ਪ੍ਰੋਫਿਟ ਦਾ ਇੱਕ ਪਾਰਟ ਕੀ ਹੁੰਦਾ ਡਿਵੀਡੈਂਡ ਪਾਰਟ ਹੁੰਦਾ ਦੂਸਰਾ ਪਾਰਟ ਕੀ ਹੁੰਦਾ ਜੀ ਆਪਣਾ ਕਾਰਪੋਰੇਟ ਟੈਕਸ ਜੋ ਵੀ ਆਪਾਂ ਟੈਕਸ ਪੇ ਕਰਦੇ ਆ ਉਹ ਵੀ ਕਿਹਦਾ ਪਾਰਟ ਆ ਜੀ ਪ੍ਰੋਫਿਟ ਦਾ ਤੀਸਰਾ ਪਾਰਟ ਹੁੰਦਾ ਜੀ ਆਪਣਾ ਅਨਡਿਸਟ੍ਰੀਬਿਊਟਡ ਪ੍ਰੋਫਿਟ ਜੋ ਆਪਣਾ ਪ੍ਰੋਫਿਟ ਆ ਉਹਦੇ ਤਿੰਨ ਪਾਰਟ ਨੇ ਜੀ ਰਿਪੀਟ ਕਰ ਰਹੇ ਆ ਪੁਆਇੰਟ ਇੱਕ ਡਿਵੀਡੈਂਡ ਇੱਕ ਆਪਣਾ ਕਾਰਪੋਰੇਟ ਟੈਕਸ ਹੋ ਗਿਆ ਤੇ ਇੱਕ ਆਪਣਾ ਆ ਗਿਆ ਅਨਡਿਸਟ੍ਰੀਬਿਊਟਡ ਪ੍ਰੋਫਿਟ ਹੋ ਗਿਆ ਹੁਣ ਮੰਨ ਲਓ ਵੀ ਆਪਰੇਟਿੰਗ ਸਰਪਲਸ ਨਿਊਮੈਰੀਕਲ ਦੇ ਵਿੱਚ ਗਿਵਨ ਨਹੀਂ ਹੈਗਾ ਆਪਾਂ ਰੈਂਟ ਵੀ ਗਿਵਨ ਆ ਇੰਟਰਸਟ ਵੀ ਗਿਵਨ ਆ ਪ੍ਰੋਫਿਟ ਵੀ ਗਿਵਨ ਆ ਐਂਡ ਰਾਇਲਟੀ ਵੀ ਗਿਵਨ ਆ ਤਾਂ ਆਪਾਂ ਨੂੰ ਮੰਨ ਲਓ ਵੀ ਡਿਵੀਡੈਂਡ ਵੀ ਨਿਊਮੈਰੀਕਲ ਦੇ ਵਿੱਚ ਗਿਵਨ ਆ ਤਾਂ ਆਪਾਂ ਰੈਂਟ ਪਲੱਸ ਇੰਟਰਸਟ ਪਲੱਸ ਪ੍ਰੋਫਿਟ ਪਲੱਸ ਰਾਇਲਟੀ ਆਪਾਂ ਐਡ ਕਰਾਂਗੇ ਤੇ ਡਿਵੀਡੈਂਡ ਉਹਦਾ ਪਾਰਟ ਨਹੀਂ ਹੋਊਗਾ ਉਹਦਾ ਕਾਰਨ ਕੀ ਆ ਕਿਉਂਕਿ ਜੇ ਆਪਾਂ ਨੂੰ ਪ੍ਰੋਫਿਟ ਆ ਜੋ ਜਿਹੜੀ ਵੱਡੀ ਟਰਮ ਆ ਉਹੀ ਗਿਵਨ ਹੈਗੀ ਆ ਤਾਂ ਆਪਾਂ ਦੁਬਾਰੇ ਡਿਵੀਡੈਂਡ ਨੂੰ ਕੀ ਕਰਾਂਗੇ ਉਹਦੇ ਵਿੱਚ ਇਨਕਲੂਡ ਨਹੀਂ ਕਰਾਂਗੇ ਕਿਉਂਕਿ ਡਿਵੀਡੈਂਡ ਕਿਹਦਾ ਪਾਰਟ ਆ ਆਪਣਾ ਕਿਹਦਾ ਪਾਰਟ ਆ ਜੀ ਪ੍ਰੋਫਿਟ ਦਾ ਤਾਂ ਦੁਬਾਰੇ ਆਪਾਂ ਨੂੰ ਐਡ ਨਹੀਂ ਕਰਾਂਗੇ ਹੁਣ ਇਸ ਤੋਂ ਬਾਅਦ ਦੂਸਰਾ ਪੁਆਇੰਟ ਉਹ ਕੀ ਹੈ ਜੀ ਹੁਣ ਮੰਨ ਲਓ ਆਪਾਂ ਨੂੰ ਆਪਰੇਟਿੰਗ ਸਰਪਲਸ ਨਹੀਂ ਗਿਵਨ ਹੈਗਾ ਰੈਂਟ ਗਿਵਨ ਆ ਇੰਟਰਸਟ ਗਿਵਨ ਆ ਬਟ ਪ੍ਰੋਫਿਟ ਗਿਵਨ ਨਹੀਂ ਹੈਗਾ ਤੇ ਉਸ ਤੋਂ ਬਾਅਦ ਰਾਇਲਟੀ ਗਿਵਨ ਆ ਤੇ ਆਪਾਂ ਨੂੰ ਡਿਵੀਡੈਂਡ ਕਾਰਪੋਰੇਟ ਟੈਕਸ ਤੇ ਅਨਡਿਸਟ੍ਰੀਬਿਊਟਡ ਪ੍ਰੋਫਿਟ ਗਿਵਨ ਆ ਤਾਂ ਰੈਂਟ ਇੰਟਰਸਟ ਰਾਇਲਟੀ ਦਾ ਆਪਾਂ ਤਿੰਨੋਂ ਪਾਰਟ ਨੇ ਜਿਹੜੇ ਆਪਣੇ ਇਹ ਡਿਵੀਡੈਂਡ ਹੋ ਗਿਆ ਕਾਰਪੋਰੇਟ ਟੈਕਸ ਹੋ ਗਿਆ ਅਨਡਿਸਟ੍ਰੀਬਿਊਟਡ ਪ੍ਰੋਫਿਟ ਹੋ ਗਿਆ ਇਹ ਆਪਾਂ ਸਾਰੇ ਕੀ ਕਰਾਂਗੇ ਐਡ ਕਰਾਂਗੇ ਕਿਉਂਕਿ ਤਿੰਨਾਂ ਨੂੰ ਮਿਲਾ ਕੇ ਕੀ ਬਣਦਾ ਜੀ ਪ੍ਰੋਫਿਟ ਬਣਦਾ ਹੁਣ ਆਪਾਂ ਨੇ ਕੀ ਮੰਨਿਆ ਸੀ ਵੀ ਆਪਾਂ ਨੂੰ ਪ੍ਰੋਫਿਟ ਗਿਵਨ ਨਹੀਂ ਹੈਗਾ ਤੇ ਪ੍ਰੋਫਿਟ ਗਿਵਨ ਨਹੀਂ ਹੈਗਾ ਜੇ ਆਪਾਂ ਨਿਊਮੈਰੀਕਲ ਦੇ ਵਿੱਚ ਆਹ ਪਾਰਟ ਦਿੱਤੇ ਹੋਏ ਨੇ ਤਾਂ ਇਹਨਾਂ ਨੂੰ ਆਪਾਂ ਕੀ ਕਰਾਂਗੇ ਇਨਕਲੂਡ ਕਰਾਂਗੇ ਰਿਪੀਟ ਕਰ ਰਹੇ ਜੀ ਪੁਆਇੰਟ ਫਿਰ ਇਹ ਵੀ ਜੇ ਆਪਰੇਟਿੰਗ ਸਰਪਲਸ ਗਿਵਨ ਨਹੀਂ ਹੈਗਾ ਤਾਂ ਰੈਂਟ ਇੰਟਰਸਟ ਪ੍ਰੋਫਿਟ ਰਾਇਲਟੀ ਚਾਰੋਂ ਐਡ ਹੋਣਗੇ ਮੰਨ ਲਓ ਜੇ ਆਪਰੇਟਿੰਗ ਸਰਪਲਸ ਗਿਵਨ ਆ ਆਪਾਂ ਨੂੰ ਰੈਂਟ ਇੰਟਰਸਟ ਵੀ ਦਿੱਤਾ ਹੋਇਆ ਤਾਂ ਸਿਰਫ ਆਪਾਂ ਆਪਰੇਟਿੰਗ ਸਰਪਲਸ ਹੀ ਕੀ ਕਰਾਂਗੇ ਐਡ ਕਰਾਂਗੇ ਜਦੋਂ ਆਪਾਂ ਨੇ ਇਨਕਮ ਮੈਥਡ ਨੂੰ ਕੀ ਕਰਨਾ ਵਾ ਅਪਲਾਈ ਕਰਨਾ ਜਾਂ ਇੱਕ ਆਪਣੇ ਡੋਮੈਸਟਿਕ ਇਨਕਮ ਕੈਲਕੂਲੇਟ ਕਰਨੀ ਹੈ ਚਾਹੇ ਆਪਾਂ ਨੇ ਨੈਸ਼ਨਲ ਇਨਕਮ ਕੈਲਕੂਲੇਟ ਕਰਨੀ ਤਾਂ ਆਪਾਂ ਇਹਨਾਂ ਨੂੰ ਇਨਕਲੂਡ ਕਰਾਂਗੇ ਜੇ ਗਿਵਨ ਨਹੀਂ ਹੁੰਦਾ ਫਿਰ ਆਪਣੇ ਜਿਹੜੇ ਆਹ ਪਾਰਟ ਨੇ ਇਹਨਾਂ ਨੂੰ ਆਪਾਂ ਕੀ ਕਰਦੇ ਹਾਂ ਐਡ ਕਰਦੇ ਜੋ ਆਪਣਾ ਤੀਸਰਾ ਪਾਰਟ ਆ ਜੀ ਉਹ ਹੈਗਾ ਆਪਣਾ ਮਿਕਸਡ ਇਨਕਮ ਆਪਣੇ ਰਿਸੋਰਸ ਆਪਾਂ ਆਪਣੇ ਕੰਮ ਦੇ ਵਿੱਚ ਲਗਾਏ ਨੇ ਉਹਨਾਂ ਸਾਰੇ ਰਿਸੋਰਸਾਂ ਤੋਂ ਜੋ ਆਪਾਂ ਨੂੰ ਇਨਕਮ ਆਉਂਦੀ ਆ ਉਹਨੂੰ ਆਪਾਂ ਕੀ ਕਹਿੰਦੇ ਹਾਂ ਮਿਕਸਡ ਇਨਕਮ ਹੁੰਦੀ ਆ ਵੀ ਆਪਾਂ ਉਹਦੇ ਵਿੱਚ ਆਪਾਂ ਆਪ ਹੀ ਕੰਮ ਕਰ ਰਹੇ ਹਾਂ ਆਪਣੇ ਆਪਦੇ ਹੋਰ ਸਾਰੇ ਰਿਸੋਰਸ ਆਪਾਂ ਨੇ ਉਹਦੇ ਵਿੱਚ ਲਗਾਏ ਹੋਏ ਨੇ ਤਾਂ ਉਹਨਾਂ ਸਾਰਿਆਂ ਤੋਂ ਜੋ ਆਪਣੇ ਇਨਕਮ ਜਨਰੇਟ ਹੋਈ ਆ ਉਹਦਾ ਜਿਹੜਾ ਐਡ ਅਪ ਹੋਊਗਾ ਉਹਨੂੰ ਆਪਾਂ ਕੀ ਕਹਿੰਦੇ ਹਾਂ ਮਿਕਸਡ ਇਨਕਮ ਕਹਿੰਦੇ ਹਾਂ ਤਾਂ ਪਹਿਲਾ ਆਪਣੇ ਪੁਆਇੰਟ ਕੀਤਾ ਸੀ ਕੰਪਨਸੇਸ਼ਨ ਆਫ ਇੰਪਲਾਈ ਜੋ ਦੂਸਰਾ ਪਾਰਟ ਕੀਤਾ ਸੀ ਆਪਾਂ ਨੇ ਆਪਰੇਟਿੰਗ ਸਰਪਲਸ ਤੇ ਤੀਸਰਾ ਪਾਰਟ ਆਪਣਾ ਮਿਕਸਡ ਇਨਕਮ ਤਿੰਨਾਂ ਨੂੰ ਮਿਲਾ ਕੇ ਜੋ ਆਪਣੇ ਕੋਲ ਕੈਲਕੂਲੇਟ ਹੋ ਕੇ ਆਉਣੀ ਹੈ ਇਨਕਮ ਉਹ ਆਊਗੀ ਜੀ ਆਪਣੀ ਡੋਮੈਸਟਿਕ ਇਨਕਮ ਡੋਮੈਸਟਿਕ ਇਨਕਮ ਨੂੰ ਆਪਾਂ ਹੋਰ ਕਿਹੜੇ ਨਾਮ ਨਾਲ ਜਾਣਦੇ ਹਾਂ ਜੀ ਉਹਨੂੰ ਆਪਾਂ ਹੋਰ ਕੀ ਕਹਿੰਦੇ ਹਾਂ ਐਨ ਡੀ ਪੀ ਐਟ ਫੈਕਟਰ ਕੋਸਟ ਕਿਉਂਕਿ ਜਿਹੜਾ ਪ੍ਰੋਡਿਊਸਰ ਆ ਉਹਨੇ ਹਾਊਸ ਹੋਲਡ ਸੈਕਟਰ ਤੋਂ ਫੈਕਟਰ ਸਰਵਿਸ ਲਈਆਂ ਨੇ ਤਾਂ ਉਹਦੇ ਬਦਲੇ ਉਹਨਾਂ ਨੂੰ ਕੀ ਕਰ ਰਿਹਾ ਉਹ ਪੇਮੈਂਟ ਕਰ ਰਿਹਾ ਤਾਂ ਉਹਦੇ ਲਈ ਕੀ ਬਣ ਜਾਣੀ ਉਹ ਫੈਕਟਰ ਕੋਸਟ ਬਣ ਜਾਣੀ ਹੈ ਤੇ ਜਿਹਨੇ ਪੈਸਾ ਰਿਸੀਵ ਕੀਤਾ ਹਾਊਸ ਹੋਲਡ ਸੈਕਟਰ ਆ ਜਿਹਨੂੰ ਆਪਾਂ ਕਹਿੰਦੇ ਹਾਂ ਤਾਂ ਉਹਦੇ ਲਈ ਕੀ ਬਣ ਜਾਣੀ ਉਹ ਫੈਕਟਰ ਇਨਕਮ ਬਣ ਜਾਣੀ ਕਿਉਂਕਿ ਆਪਾਂ ਨੈਸ਼ਨਲ ਇਨਕਮ ਦੇ ਵਿੱਚ ਫੈਕਟਰ ਇਨਕਮ ਇਨਕਲੂਡ ਕਰਦੇ ਹਾਂ ਜਿਹਦੇ ਬਦਲੇ ਆਪਾਂ ਨੇ ਸਰਵਿਸ ਪ੍ਰੋਵਾਈਡ ਕੀਤੀਆਂ ਨੇ ਉਹਦੇ ਬਦਲੇ ਜੋ ਆਪਾਂ ਨੂੰ ਪੈਸਾ ਮਿਲਦਾ ਤਾਂ ਉਹ ਆਪਾਂ ਇਨਕਲੂਡ ਕਰਦੇ ਹਾਂ ਤਾਂ ਜਦੋਂ ਆਪਣੇ ਤਿੰਨ ਮੇਨ ਕੰਪੋਨੈਂਟ ਨੇ ਉਹਨਾਂ ਨੂੰ ਆਪਾਂ ਐਡ ਅਪ ਕਰ ਲੈਂਦੇ ਹਾਂ ਤਾਂ ਡੋਮੈਸਟਿਕ ਇਨਕਮ ਆਉਂਦੀ ਹੈ ਵੀ ਆਪਣੀ ਕੰਟਰੀ ਦੇ ਵਿੱਚ ਟੋਟਲ ਕਿੰਨੀ ਇਨਕਮ ਜਨਰੇਟ ਹੋਈ ਹੈ ਜਾਂ ਇਹਨੂੰ ਆਪਾਂ ਹੁਣ ਕੀ ਕਹਿੰਦੇ ਹਾਂ ਐਨ ਡੀ ਪੀ ਐਟ ਐਫ ਸੀ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕੋਸਟ ਹੁਣ ਮੰਨ ਲਓ ਵੀ ਆਪਾਂ ਨੇ ਕੈਲਕੂਲੇਟ ਕੀ ਕਰਨਾ ਵਾ ਨੈਸ਼ਨਲ ਇਨਕਮ ਕੈਲਕੂਲੇਟ ਕਰਨੀ ਹੈ ਜਿਹਨੂੰ ਆਪਾਂ ਕੀ ਕਹਿੰਦੇ ਹਾਂ
NNP@SC ਹੈ। ਹੁਣ ਆਪਣੇ ਕੋਲ ਕੈਲਕੂਲੇਟ ਹੋ ਕੇ ਕੀ ਆ ਗਿਆ, ਉਹ ਆ ਗਿਆ ਜੀ ਆਪਣੇ ਕੋਲ NDP@SC। ਆਪਾਂ ਨੇ ਕਿੱਥੇ ਜਾਣਾ ਜੀ ਹੁਣ NDP FC ਤੋਂ NNP FC ਤੇ ਜਾਣਾ। ਹੁਣ ਦੇਖੋ ਜੀ ਇੱਥੇ ਆਪਣਾ N ਦਾ ਮਤਲਬ ਨੈਟ, ਇੱਧਰ ਵੀ N ਦਾ ਮਤਲਬ ਕੀ ਹੈ ਨੈਟ, ਆ ਇਹ ਦੋਨੋਂ ਕਨਸੈਪਟ ਕੀ ਨੇ ਸੇਮ ਨੇ। ਉਸ ਤੋਂ ਬਾਅਦ ਉਹਦੇ ਕਨਸੈਪਟ ਆਪਣਾ ਡੋਮੈਸਟਿਕ ਆ, ਬਟ ਉਹਦੇ ਕਨਸੈਪਟ ਆਪਣਾ ਕੀ ਆ ਨੈਸ਼ਨਲ। ਤਾਂ ਆਪਣੇ ਡੋਮੈਸਟਿਕ ਤੋਂ ਜਦੋਂ ਨੈਸ਼ਨਲ ਤੇ ਜਾਣਾ ਵਾ ਤਾਂ ਆਪ ਇਹਦੇ ਵਿੱਚ ਐਡ ਕੀ ਕਰਦੇ ਹੁੰਦੇ ਆ ਜੀ ਨੈਟ ਫੈਕਟਰ ਇਨਕਮ ਫਰੋਮ ਐਬਰੋਡ। ਤਾਂ ਉਹ ਆਪ ਇਹਦੇ ਵਿੱਚ ਕੀ ਕਰਾਂਗੇ ਜੀ ਐਡ ਕਰਾਂਗੇ। ਹੁਣ ਮੰਨ ਲਓ ਵੀ ਆਪਾਂ ਨੂੰ ਨੈਟ ਫੈਕਟਰ ਇਨਕਮ ਫਰੋਮ ਐਬਰੋਡ ਨਹੀਂ ਗਿਵਨ ਹੈਗਾ, ਬਟ ਆਪਾਂ ਨੂੰ ਗਿਵਨ ਕੀ ਆ ਨੈਟ ਫੈਕਟਰ ਇਨਕਮ ਟੂ ਐਬਰੋਡ ਗਿਵਨ। ਤਾਂ ਉਹ ਆਪਾਂ ਇਹਦੇ ਵਿੱਚ ਕੀ ਕਰਾਂਗੇ ਰਾਜੇ, ਉਹਨੂੰ ਮਾਈਨਸ ਕਰਾਂਗੇ ਜਦੋਂ ਆਪਾਂ ਨੇ ਡੋਮੈਸਟਿਕ ਤੋਂ ਕਿਤੇ ਜਾਣਾ ਨੈਸ਼ਨਲ ਤੇ ਜਾਣਾ। ਰਿਪੀਟ ਕਰ ਰਹੇ ਜੀ ਪੁਆਇੰਟ, ਜੇ ਆਪਾਂ ਨੂੰ ਨੈਟ ਫੈਕਟਰ ਇਨਕਮ ਫਰੋਮ ਐਬਰੋਡ ਗਿਵਨ ਆ ਤਾਂ ਆਪਾਂ ਐਡ ਕਰਦੇ ਹਾਂ ਜਦੋਂ ਆਪਾਂ ਡੋਮੈਸਟਿਕ ਤੋਂ ਨੈਸ਼ਨਲ ਤੇ ਜਾਂਦੇ ਹਾਂ। ਜੇ ਆਪਾਂ ਨੂੰ ਇਹ ਗਿਵਨ ਨਹੀਂ ਹੈਗਾ, ਆਪਾਂ ਨੂੰ ਗਿਵਨ ਕੀ ਆ ਨੈਟ ਫੈਕਟਰ ਇਨਕਮ ਟੂ ਐਬਰੋਡ, ਤਾਂ ਆਪਾਂ ਜਦੋਂ ਡੋਮੈਸਟਿਕ ਤੋਂ ਨੈਸ਼ਨਲ ਤੇ ਜਾਣਾ ਨੂੰ ਆਪਾਂ ਕੀ ਕਰਾਂਗੇ ਜੀ ਮਾਈਨਸ ਕਰਾਂਗੇ। ਤਾਂ ਹੁਣ ਇੱਥੇ ਦੇਖੋ ਅੱਗੇ ਆਪਣਾ ਜਿਹੜਾ FC ਆ ਇੱਧਰ ਵੀ ਆਪਣਾ ਕੀ ਆ FC ਆ, ਮਤਲਬ ਫੈਕਟਰ ਕੋਸਟ ਇੱਧਰ ਕੀ ਆਪਣਾ ਸੇਮ ਆ। ਜੇ ਤਾਂ ਇੱਧਰ ਮਾਰਕੀਟ ਪ੍ਰਾਈਸ ਹੁੰਦਾ ਤਾਂ ਆਪਾਂ ਨੇ ਸਬਸਿਡੀ ਐਂਡ ਇਨਡਾਇਰੈਕਟ ਟੈਕਸ ਦਾ ਕੀ ਕਰਨਾ ਸੀ ਟ੍ਰੀਟਮੈਂਟ ਕਰਨਾ ਸੀ, ਬਟ ਉਹਦੇ ਫੈਕਟਰ ਕੋਸਟ ਇੱਧਰ ਵੀ ਗਿਵਨ ਆ ਇੱਧਰ ਵੀ ਆਪਣਾ ਫੈਕਟਰ ਕੋਸਟ ਹੀ ਕੈਲਕੂਲੇਟ ਕਰਨੀ ਆ। ਤਾਂ ਇਸ ਕੇਸ ਦੇ ਵਿੱਚ ਆਪਣਾ ਸਬਸਿਡੀ ਜਾਂ ਆਪਣਾ ਜਿਹੜਾ ਇਨਡਾਇਰੈਕਟ ਟੈਕਸ ਆ ਉਹਦਾ ਕੋਈ ਟ੍ਰੀਟਮੈਂਟ ਨਹੀਂ ਹੋਊਗਾ। ਜੋ ਆਪਾਂ ਡੋਮੈਸਟਿਕ ਇਨਕਮ ਦੇ ਵਿੱਚ ਜੋ ਆਪਣੀ ਨੈਟ ਫੈਕਟਰ ਇਨਕਮ ਫਰੋਮ ਐਬਰੋਡ ਆ ਉਹ ਆਪਾਂ ਐਡ ਕਰ ਦਿੰਦੇ ਹਾਂ ਤਾਂ ਆਪਣੇ ਕੋਲ ਕੀ ਕੈਲਕੂਲੇਟ ਹੋ ਜਾਂਦੀ ਹੈ ਜੀ ਨੈਸ਼ਨਲ ਇਨਕਮ, ਜਿਹਨੂੰ ਆਪਾਂ ਕੀ ਕਹਿੰਦੇ ਹਾਂ ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕੋਸਟ। ਇਹਦੇ ਵਿੱਚ ਰਾਜੇ ਮੇਨ ਇਹੀ ਧਿਆਨ ਰੱਖਣਾ ਤੁਸੀਂ ਨੇ ਵੀ ਜਦੋਂ ਜਿਹੜਾ ਕੰਪੋਨੈਂਟ ਤੁਸੀਂ ਇਨਕਲੂਡ ਕਰ ਰਹੇ ਹੋ ਇਨਕਮ ਮੈਥਡ ਦੇ ਵਿੱਚ ਤਾਂ ਤੁਸੀਂ ਉਹ ਕੰਪੋਨੈਂਟ ਦੇਖਣਾ ਵੀ ਤੁਹਾਨੂੰ ਮੇਜਰ ਪੁਆਇੰਟ ਦਿੱਤਾ ਹੋਏ ਜਾਂ ਮੇਜਰ ਪੁਆਇੰਟ ਗਿਵਨ ਨਹੀਂ ਹੈਗਾ, ਉਹਦੇ ਜਿਹੜੇ ਇਨਸਾਈਡ ਪੁਆਇੰਟ ਆਉਂਦੇ ਨੇ ਉਹ ਦਿੱਤੇ ਹੋਏ ਨੇ। ਜੇ ਮੇਜਰ ਪੁਆਇੰਟ ਕੀ ਬਣਾ ਤਾਂ ਉਹਦੇ ਅੰਡਰਲੇ ਪੁਆਇੰਟ ਆਪਾਂ ਜਿਹੜੇ ਅੰਦਰ ਪੁਆਇੰਟ ਆ ਰਹੇ ਨੇ ਉਹ ਦੇਖਣ ਦੀ ਲੋੜ ਨਹੀਂ ਹੈਗੀ, ਆਪਾਂ ਸਿਰਫ ਮੇਜਰ ਹੈਡ ਦਾ ਜਿਹੜਾ ਉਹ ਹੈਡਿੰਗ ਪੁਆਇੰਟ ਆ ਉਹੀ ਐਡ ਕਰਾਂਗੇ। ਜੇ ਉਹ ਆਪਾਂ ਨਹੀਂ ਗਿਵਨ ਹੈਗਾ ਜਿਹੜੇ ਉਹ ਮੇਜਰ ਹੈਡ ਜਿਹੜਾ ਆਪਣਾ ਪੁਆਇੰਟ ਆ ਉਹਦੇ ਇਨ ਸਾਈਡ ਜਿਹੜੇ ਪੁਆਇੰਟ ਆਉਂਦੇ ਨੇ ਉਹ ਆਪਾਂ ਕੀ ਕਰਾਂਗੇ ਇਨਕਲੂਡ ਕਰਾਂਗੇ। ਤਾਂ ਇਸ ਨਾਲ ਦਾ ਤੁਹਾਡਾ ਨਮੈਰੀਕਲ ਆ ਜਿਹਦੀ ਕੀ ਹੋਜੂਗਾ ਕੈਲਕੂਲੇਟ ਹੋਜੂਗਾ। ਤਾਂ ਇਜ਼ਲੀ ਜੋ ਵੀ ਤੁਹਾਨੂੰ ਨਮੈਰੀਕਲ ਦੇ ਵਿੱਚ ਜਿਹੜੀ ਵੀ ਟਰਮ ਪੁੱਛੀ ਗਈ ਆ ਗ੍ਰੋਸ ਡੋਮੈਸਟਿਕ ਪ੍ਰੋਡਕਟ ਪੁੱਛਿਆ ਹੈ ਮਾਰਕੀਟ ਪ੍ਰਾਈਸ ਐਟ ਫੈਕਟਰ ਕੋਸਟ ਨੈਟ ਨੈਸ਼ਨਲ ਪ੍ਰੋਡਕਟ ਦਾ, ਇਸ ਤੋਂ ਇਲਾਵਾ ਹੋਰ ਵੀ ਜੋ ਆਪਣੀਆਂ ਟਰਮਾਂ ਹੈਗੀਆਂ ਨੇ ਜੋ ਵੀ ਪੁੱਛੀ ਹੋਈ ਆ ਉਹ ਤੁਸੀਂ ਈਜ਼ਲੀ ਕੀ ਆ ਕੈਲਕੂਲੇਟ ਕਰ ਸਕਦੇ ਹੋ। ਥੈਂਕ ਯੂ।